ਉਧਰ ਬਿਕਰਮ ਮਜੀਠੀਆ ਵੱਲੋਂ ਲਾਲੀ ਮਜੀਠੀਆ ਖਿਲਾਫ਼ ਕੀਤੀ ਬਿਆਨਬਾਜ਼ੀ ਤੋਂ ਮਗਰੋਂ ਲਾਲੀ ਨੇ ਵੀ ਜਵਾਬੀ ਸ਼ਬਦੀ ਹਮਲਾ ਕੀਤਾ ਹੈ। ਬਿਕਰਮ ਮਜੀਠੀਆ ਵੱਲੋਂ ਕਾਂਗਰਸੀਆਂ ਤੇ ਪੁਲਿਸ ਵੱਲੋਂ ਦਲਿਤ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਲਈ ਲਾਲੀ ਮਜੀਠੀਆ ਨੂੰ ਜ਼ਿੰਮੇਵਾਰ ਠਹਿਰਾਏ ਜਾਣ ਤੋਂ ਬਾਅਦ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਜਿਸ ਵਿੱਚ ਉਹਨਾਂ ਕਿਹਾ ਕਿ ਬਿਕਰਮ ਮਜੀਠੀਆ ਦੇ ਇਲਜ਼ਾਮਾਂ ਵਿੱਚ ਕੋਈ ਵੀ ਸੱਚਾਈ ਨਹੀਂ ਹੈ। ਉਹਨੇ ਵੀ ਕਿਹਾ ਕਿ ਅੰਮ੍ਰਿਤਸਰ ਵਿੱਚ ਪੁਲਿਸ ਵੱਲੋਂ ਇੱਕ ਰੂਟੀਨ ਬੈਠਕ ਰੱਖੀ ਗਈ ਸੀ, ਜਿਸ ਵਿੱਚ ਕਿ ਪਿਛਲੀ ਸਰਕਾਰ ਦੀ ਕਥਿਤ ਧੱਕੇਸ਼ਾਹੀ ਤੋਂ ਤੰਗ ਆਏ ਲੋਕ ਆਪਣੀਆਂ ਸ਼ਿਕਾਇਤਾਂ ਲੈ ਕੇ ਪਹੁੰਚੇ ਹੋਏ ਸਨ। ਜਦੋਂ ਬਿਕਰਮ ਮਜੀਠੀਆ ਉੱਥੇ ਪਹੁੰਚੇ ਤਾਂ ਲੋਕਾਂ ਨੇ ਰੋਸ ਵਜੋਂ ਉਹਨਾਂ ਦੀ ਵਿਰੋਧਤਾ ਕੀਤੀ ਸੀ। ਉਹਨੇ ਵੀ ਕਿਹਾ ਕਿ ਬਿਕਰਮ ਮਜੀਠੀਆ ਬੁਖਲਾ ਚੁੱਕੇ ਨੇ। ਇਸ ਤਰ੍ਹਾਂ ਕਿ ਕੱਲ੍ਹ ਜਿਹੜੀ ਸੀ ਉਹ ਪਬਲਿਕ ਮੀਟਿੰਗ ਸੀਗੀ, ਜਿਹੜੀ ਪੁਲਿਸ ਦੀ ਇੱਕ ਰੂਟੀਨ ਮੈਟਰ ਸੀਗੀ, ਉੱਥੇ ਮੈਨੂੰ ਵੀ ਨਹੀਂ ਬੁਲਾਇਆ ਗਿਆ ਔਰ ਕਿਸੇ ਹੋਰ ਵੀ ਮੇਰੇ ਖਿਆਲ ਪੋਲੀਟੀਕਲ ਬੰਦੇ ਨੂੰ ਨਹੀਂ ਉਹਨਾਂ ਬੁਲਾਇਆ ਹੋਏਗਾ, ਮੈਂ ਉਹਦੇ ਬਾਰੇ ADGP ਬੈਟਰ ਦੱਸ ਸਕਦੇ। ਉੱਥੇ ਬੇਸਿਕਲੀ ਜੋ 10 ਸਾਲ ਦੇ ਵਿੱਚ ਬਿਕਰਮ ਨੇ ਜਿਹੜੇ 13 ਮਾਫੀਆ ਚਲਾਏ, ਜਿਹੜੇ ਡਰੱਗ ਤੋਂ ਪ੍ਰਭਾਵਿਤ ਲੋਕ ਸੀ ਜਿਨ੍ਹਾਂ ਦੇ ਗਲਤ ਪਰਚੇ ਹੋਏ, ਉਹ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਉਹ ਸਾਰੀਆਂ ਪਾਰਟੀਆਂ ਨਾਲ ਸੰਬੰਧਿਤ ਸੀਗੇ, ਉਹਨਾਂ ਨੂੰ ਪੁਲਿਸ ਨੇ ਬੁਲਾਇਆ ਸੀ ਔਰ ਇਹਨੂੰ ਦੇਖ ਕੇ ਲੋਕ ਭੜਕ ਉੱਠੇ। ਤੁਹਾਨੂੰ ਯਾਦ ਹੋਏਗਾ ਮੈਂ ਇੱਕ ਵਾਰੀ ਕਿਹਾ ਸੀਗਾ ਕਿ ਬਿਕਰਮ ਸਿੰਘ ਲੋਕਾਂ ਨੇ ਤੈਨੂੰ ਬਖਸ਼ਣਾ ਨਹੀਂ ਕਿਉਂਕਿ ਤੂੰ ਲੋਕਾਂ ਨਾਲ 10 ਸਾਲ ਸਰਕਾਰੀ ਤਸ਼ੱਦਦ ਕੀਤਾ।